ਸਵੇਰ ਦੇ ਲੱਗੇ ਆ ਤੇ ਸ਼ਾਮਾਂ ਹੋ ਗਈਆਂ ਨੇ, ਹਜੇ ਘੰਟਾ ਡੇਢ ਹੋਰ ਲੱਗ ਜਾਣਾ। ਮੈਨੇ ਪਹਿਲਾਂ ਸਾਡੇ ਤਾਏ ਗਏ, ਉਹਨਾਂ ਦੀਆਂ 10 ਕੁ ਪੈੜੀਆਂ ਸੀ ਅਤੇ ਬਾਅਦ 'ਚੋਂ ਚਾਚੇ ਗਏ, 1.5 ਕਿੱਲਾ ਵੱਢੀ ਹੈ ਅਤੇ ਫਿਰ ਉਹ ਕਿਸੇ ਹੋਰ ਦੀ ਵੱਢਣ ਲੱਗ ਪਏ। ਸਵੇਰ ਦਾ ਲਾ ਰਹੇ ਤਾਂ ਰੱਖਿਆ ਮਸ਼ੀਨ ਵਾਲੇ ਨੇ ਅਤੇ ਹੁਣ ਸਵੇਰੇ 10 ਵਜੇ ਤਾਂ ਆਪਾਂ ਆਏ ਹਾਂ ਅਤੇ ਹੁਣ ਸ਼ਾਮੀ 6 ਵੱਜ ਗਏ ਸ਼ਾਇਦ। ਵਾਹਵਾ ਹੀ ਚੱਲੇ ਰਾਜਾ, ਹੈਂ ਚੱਲ 50-50 ਹੋ ਗਈ ਆ। ਸੋ ਫਾਈਨਲੀ ਸਾਡੇ ਵੀ ਕੰਬਾਈਨ ਲੱਗ ਚੁੱਕੀ ਆ, ਬਾਕੀ ਦੇਖੋ ਕਿੰਨਾ ਟਾਈਮ ਲੱਗਦਾ, ਹਨੇਰਾ ਹੋ ਜਾਣਾ ਸ਼ਾਇਦ। ਯਾਰ ਹਨੇਰਾ ਹੋ ਜਾਣਾ, ਕਿੰਨਾ ਜਾਣਾ। ਰਾਜੀ ਕਿੰਨਾ ਕੁ ਟਾਈਮ ਹੋ ਜਾਏਗਾ ਗੱਲ ਨਾ ਕੱਟੀ, ਕੋਈ ਵੀਡੀਓ ਬਣ ਰਹੀ ਹੈ, ਸਿੱਧੀ ਗੱਪ ਨਹੀਂ, 20 ਕਿੱਲੇ ਵਾਲੀ ਗੱਪ ਕਹਿਣ ਡਿਆ ਮੈਂ, ਚੱਲਦਾ ਇੰਨਾ ਕੁ, ਇਹ ਹੁਣ 20 ਕਿੱਲੇ ਯੂਟਿਊਬ 'ਤੇ ਪੈਣੇ ਜੀ। ਮੈਨੂੰ ਹੁਣ ਪਤਾ ਨਹੀਂ ਕਿ ਤੁਹਾਨੂੰ ਮੇਰੀ ਆਵਾਜ਼ ਸਾਫ਼ ਸੁਣ ਰਹੀ ਆ ਕਿ ਨਹੀਂ ਸੁਣ ਰਹੀ, ਕਿਉਂਕਿ ਪਿੱਛੇ ਮਸ਼ੀਨ ਦਾ ਜ਼ਿਆਦਾ ਸ਼ੋਰ ਆ, ਸੋ ਉਹਦੇ ਲਈ ਸੋਰੀ। ਬਾਕੀ ਮੇਰੀਆਂ ਦੂਜੀਆਂ ਵੀਡੀਓ ਵਿੱਚ ਵੀ ਆਵਾਜ਼ ਥੋੜ੍ਹੀ ਜਿਹੀ ਖਰਾਬ ਹੁੰਦੀ, ਮਤਲਬ ਥੋੜ੍ਹੀ ਨਹੀਂ ਜ਼ਿਆਦਾ ਹੀ ਖਰਾਬ ਹੁੰਦੀ ਆ, ਕਿਉਂਕਿ ਫੋਨ 'ਤੇ ਸ਼ੂਟ ਕਰੀਦਾ ਹੈ ਨਾ, ਅਤੇ ਉਹ ਲੱਗਦਾ ਹੁਣ ਲੋਕਡਾਊਨ ਤੋਂ ਬਾਅਦ ਮਾਈਕ ਲੈਣਾ ਹੀ ਪੈਣਾ, ਪੈਸੇ ਖਰਚਣੇ ਪੈਣੇ ਆ, ਉਹਦਾ ਕੋਈ ਹੱਲ ਨਹੀਂ ਹੈਗਾ। ਹੋਰ ਇੱਕ ਹੋਰ ਗੱਲ, ਮੈਨੂੰ ਕਿਸੇ ਨੇ ਕਿਹਾ ਕਿ ਵਲੋਗ ਵੱਡੇ ਬਣਾਇਆ ਕਰ 10-15 ਮਿੰਟ ਦੇ, ਹੈ ਨਾ, ਅਤੇ ਮੈਂ ਭਰਾਵਾ ਵਿਊ ਤਾਂ ਅੱਗੇ ਉਨੇ ਕੁ ਹੁੰਦੇ ਆ, ਅਤੇ ਜੇ ਜ਼ਿਆਦਾ ਲੰਬੇ ਬਣਾਤੇ ਹੈ ਨਾ ਲੋਕ ਬੋਰ ਹੋ ਜਾਂਦੇ ਲੰਬੀ ਵੀਡੀਓ ਵੇਖ ਕੇ, ਤਾਂ 4-5 ਮਿੰਟ ਤੱਕ ਹੈ ਨਾ ਇੰਨਾ ਕੁ ਠੀਕ ਆ, ਉਹ ਇੰਨੀ ਕੁ ਵਧੀਆ ਲੋਕ ਦੇਖ ਲੈਂਦੇ ਨੇ। ਹਨੇਰਾ ਕਾਫ਼ੀ ਜ਼ਿਆਦਾ ਹੋ ਚੁੱਕਾ, ਦੇਖੋ ਹੁਣ ਕਿੰਨਾ ਟਾਈਮ ਲੱਗਦਾ ਬਾਕੀ। ਅਤੇ ਜੇ ਤੁਸੀਂ ਇੱਥੋਂ ਤੱਕ ਵੀਡੀਓ ਦੇਖ ਲਈ ਆ ਤਾਂ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹਨੇ ਨਹੀਂ ਕੀਤਾ, ਅਤੇ ਬਾਕੀ ਆਪਣੇ ਭੈਣ ਭਰਾਵਾਂ ਨਾਲ, ਯਾਰਾਂ ਦੋਸਤਾਂ ਨਾਲ, ਸਹੇਲੀਆਂ ਨਾਲ, ਸਾਰਿਆਂ ਨਾਲ ਸ਼ੇਅਰ ਕਰਿਓ, ਅਤੇ ਉਹਨਾਂ ਕੋਲੋਂ ਵੀ ਕਰਾਓ ਕਿਉਂਕਿ ਸਪੋਰਟ ਦੀ ਲੋੜ ਆ। ਅਤੇ ਬਾਕੀ ਠੀਕ ਆ, ਫਿਰ ਇੰਨਾ ਕੁਝ ਕਰ ਦਿਓ ਬਹੁਤ ਆ, ਅਤੇ ਲਵ ਯੂ, ਟੇਕ ਕੇਅਰ, ਬਾਏ।